ਮਰਡਰ ਸਾਹਮਣੇ ਆਇਆ ਸੀਗਾ, ਜਿਸ ਤੋਂ ਬਾਅਦ ਪੁਲਿਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਇਹਦੇ ਵਿੱਚ ਕਾਬੂ ਕੀਤੇ ਗਏ ਨੇ। ਹਾਲਾਂਕਿ ਇਹ ਪੂਰਾ ਬਲਾਈਂਡ ਮਰਡਰ ਸੀਗਾ, ਲੇਕਿਨ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਕਰੀਬ 20 ਸਾਲ ਦਾ ਆਸ਼ੀਸ਼, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ, ਸੋਲਨ ਡਿਸਟ੍ਰਿਕਟ ਦਾ, ਔਰ ਉੱਥੋਂ 10 ਦਿਨ ਪਹਿਲਾਂ ਹੀ ਨਯਾਗਾਉਂ ਦੇ ਵਿੱਚ ਆਇਆ ਸੀਗਾ ਅਤੇ ਪ੍ਰੋਪਰਟੀ ਡੀਲਰ ਦੇ ਵਿੱਚ ਲੱਗਿਆ ਸੀਗਾ ਅਤੇ ਅਟੈਂਡੈਂਟ ਲੱਗਿਆ ਸੀਗਾ, ਲੇਕਿਨ ਉਹਦਾ ਮਰਡਰ ਹੋਇਆ ਸੀਗਾ। ਸਟੈਬਿੰਗ ਕੀਤੀ ਗਈ ਸੀ, ਚੈਸਟ 'ਤੇ ਦੋ ਵਾਰ ਕੀਤੇ ਗਏ ਸੀ। ਹਾਲਾਂਕਿ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਕਾਬੂ ਕੀਤੇ ਨੇ ਸਾਡੇ ਨਾਲ ਸੀਨੀਅਰ ਆਫਿਸਰ ਨੇ। ਮੋਹਿਤ ਸਰ, ਇਹ ਪੂਰੀ, ਕਿਉਂਕਿ ਬਲਾਈਂਡ ਮਰਡਰ ਕਹਿ ਸਕਦੇ ਇਸ ਨੂੰ, ਪੂਰਾ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਹੈ, ਹਿਊਮਨ ਇੰਟੈਲੀਜੈਂਸ ਟੈਕਨੀਕਲ ਦੀ ਮਦਦ ਨਾਲ ਤੁਸੀਂ ਸਾਲਵ ਕੀਤਾ ਹੈ, ਇਹ ਪੂਰਾ ਮੈਟਰ ਕੀ ਸੀ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ? ਜੀ, ਇਹ ਬੇਸਿਕਲੀ ਜੀ ਵਾਰਦਾਤ ਜਿਹੜੀ ਹੋਈ ਹੈ, ਜਿਸ ਦੇ ਵਿੱਚ ਆਸ਼ੀਸ਼ ਨਾਮਕ ਯੁਵਕ ਦੀ ਡੈਥ ਹੋਈ ਹੈ, ਇਹਦੇ ਵਿੱਚ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਜੀ। 28 ਤਰੀਕ ਦੀ ਰਾਤ ਨੂੰ ਇਹ ਮਰਡਰ ਹੁੰਦਾ ਹੈ, ਜਿਹੜਾ ਲੇਟ ਨਾਈਟ ਨੂੰ, ਅਤੇ 29 ਤਰੀਕ ਨੂੰ ਸੁਬਹਾ ਸਾਨੂੰ ਜਿਹੜਾ ਹੈਗਾ ਪਤਾ ਲੱਗਦਾ, ਇਹਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਟ ਲੋਕਲ ਏਰੀਆ ਦਾ ਹੈ ਨਹੀਂ ਸੀਗਾ ਤਾਂ ਇਹਦੇ ਬਾਰੇ ਕੁਛ ਪਤਾ ਨਹੀਂ ਲੱਗਿਆ। ਡੈੱਡ ਬਾਡੀ ਨੂੰ ਅਸੀਂ ਮੋਰਚਰੀ 'ਚ ਰੱਖਦੇ ਹਾਂ, ਆਸੇ ਪਾਸੇ ਇਤਲਾਹ ਦਿੰਦੇ ਹਾਂ, ਤੋ ਨੈਕਸਟ ਡੇ ਇਹਦਾ ਪਰਿਵਾਰ ਨਾਲ ਸੰਪਰਕ ਹੁੰਦਾ ਸਾਡਾ, ਤਾਂ ਪਤਾ ਲੱਗਦਾ ਕਿ ਇਹ ਆਸ਼ੀਸ਼ ਨਾਮ ਦਾ ਜਿਹੜਾ ਯੁਵਕ ਹੈ, ਇਹ ਤੂਤੂ ਹਿਮਾਚਲ ਦਾ ਜਿਹੜਾ ਹੈਗਾ ਸੋਲਨ ਡਿਸਟ੍ਰਿਕਟ ਦਾ ਰਹਿਣ ਵਾਲਾ ਹੈਗਾ। ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ, ਅਸੀਂ ਸਾਰੀ ਇਨਵੈਸਟੀਗੇਸ਼ਨ, ਸਾਨੂੰ ਪਤਾ ਲੱਗਦਾ ਕਿ ਇਹਦਾ ਕਾਰਤਿਕ ਦੇ ਨਾਮਕ ਯੁਵਕ ਜਿਹੜਾ ਇਹਦਾ ਦੋਸਤ ਹੈ, ਉਹ ਇਹਨੂੰ ਲਾਸਟ ਮਿਲਣ ਆਇਆ ਸੀਗਾ, ਤਾਂ ਜਦੋਂ ਉਹਨੂੰ ਬੁਲਾ ਕੇ ਉਹ ਵੀ ਸਾਡੇ ਕੋਲ ਆਉਂਦਾ, ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਤਾਂ ਉਹ ਦੱਸਦਾ ਕਿ ਉਸ ਰਾਤ 28 ਤਰੀਕ ਨੂੰ ਇਹ ਦੋਸਤ ਆਪਣੇ ਖਾਣਾ ਪੀਣਾ ਖਾਣ ਤੋਂ ਬਾਅਦ ਉੱਥੇ ਏਰੀਏ ਦੇ ਵਿੱਚ, ਨਿਆਗਾਓ ਦੇ ਵਿੱਚ ਜਿਹੜੇ ਹੈਗੇ ਪੈਦਲ ਜਿਹੜੇ ਹੈਗੇ ਵਾਕ ਕਰ ਰਹੇ ਸੀਗੇ, ਉਸ ਟਾਈਮ ਇੱਕਦਮ ਜਿਹੜਾ ਹੈਗਾ ਆ ਦੋ ਯੁਵਕ ਆਉਂਦੇ ਨੇ ਅਤੇ ਇਹਨਾਂ ਤੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੇ ਨੇ, ਅਤੇ ਇਹ ਜਿਹੜੇ ਉਹ ਨਾਮਲੂਮ ਨੇ। ਪਰ ਇੱਕ ਗੱਲ ਬੜੀ ਇਹਦੇ ਵਿੱਚੋਂ ਸਾਨੂੰ ਮਿਲੀ ਕਿ ਉਹ 'ਚ ਕਹਿੰਦਾ ਕਿ ਇੱਕ 25 ਨਾਮ ਕੋਈ ਲੈ ਰਿਹਾ ਸੀ ਉਹਦਾ, ਵੀ 25 ਇਸ ਕੋ ਪਕੜ, ਤੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸਾਰੀ ਚੀਜ਼ ਆਈ ਸੀ। ਅਸੀਂ CCTV ਕੈਮਰਾਜ਼ ਨੂੰ ਐਕਸਪਲੋਰ ਕੀਤਾ, ਰੂਟ ਦੇ ਵਿੱਚ ਸਾਰਾ ਦੇਖਿਆ, ਤਾਂ ਸਾਨੂੰ ਇੱਕ ਸ਼ੱਕੀ ਦੇ ਲਿਬਾਸ ਜਿਵੇਂ ਸੀ ਬੰਦੇ ਦਾ, ਉਹਦੀ ਚਾਲ ਤੋਂ ਜਾਂ ਹੋਰ ਤੋਂ ਸਾਨੂੰ ਸ਼ੱਕੀ ਬੰਦੇ ਲੱਗੇ ਵੀ ਸ਼ਾਇਦ ਫਲਾਣਾ ਬੰਦਾ ਹੋ ਸਕਦਾ। ਐਂਡ 25 ਨਾਮਕ ਯੁਵਕ ਤੇ ਸਾਡੇ ਕੋਲ ਆਲਰੇਡੀ ਇੱਕ FIR ਦਰਜ ਸੀਗੀ, ਐਂਡ ਮੁਖਬਰ ਤੋਂ ਵੀ, ਜਿਸ ਤਰ੍ਹਾਂ ਸਾਡੀ ਜਿਹੜੀ ਸੋਰਸਿਸ ਤੋਂ ਵੀ ਸਾਨੂੰ ਇਤਲਾਹ ਮਿਲੀ ਕਿ ਰਾਤ ਨੂੰ ਇਹ ਬੰਦੇ ਉਸ ਦਿਨ ਫਿਰਦੇ ਸੀਗੇ, ਤੋ ਉਸ ਚੀਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਰਾਊਂਡ ਅਪ ਕੀਤਾ ਜਿਹੜਾ ਰੇਡ ਕਰਕੇ, ਅਤੇ ਉਸ ਤੋਂ ਬਾਅਦ ਕਾਰਤਿਕ ਨੇ ਵੀ ਇਹਦੀ ਸ਼ਨਾਖਤ ਕਰ ਲਈ ਕਿ ਇਹ ਉਹੀ ਬੰਦਾ ਹੈ ਜੋ ਰਾਤ ਨੂੰ ਉੱਥੇ ਹਾਜ਼ਰ ਸੀਗਾ, ਅਤੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਵਕੂਆ ਸੀਗਾ ਵਿਦਇਨ 24 ਆਵਰਸ ਅਸੀਂ ਜਿਹੜਾ ਹੈਗਾ ਇਹਨੂੰ ਕਰੈਕ ਕੀਤਾ। ਸਰ, ਇਨਵੈਸਟੀਗੇਸ਼ਨ 'ਚ ਕੁਛ ਆਇਆ ਕਿ ਇਹ ਲੁੱਟਖੋ ਹੀ ਕਰਦੇ ਸੀਗੇ ਜਾਂ ਕਿਸ ਤਰ੍ਹਾਂ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਸਾਹਮਣੇ ਆਈ ਹਜੇ ਤੱਕ? ਨਹੀਂ, ਇਹ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ, ਦੇ ਵਰ ਕੰਪਲੀਟਲੀ ਅਨਨੋਨ, ਕਿਉਂਕਿ ਜੋ ਹੈ ਆਸ਼ੀਸ਼ ਉਹ 10 ਦਿਨ ਪਹਿਲਾਂ ਹੀ ਹਿਮਾਚਲ ਤੋਂ ਆਇਆ ਸੀਗਾ, ਐਂਡ ਇੱਥੇ ਜਿਹੜਾ ਹੈਗਾ ਚਾਹ ਪਾਣੀ ਪਿਲਾਉਣ ਦਾ ਕੰਮ ਇੱਕ ਪ੍ਰੋਪਰਟੀ ਡੀਲਰ ਸ਼ਾਪ 'ਤੇ ਉਹਨੇ ਕਰਨਾ ਸ਼ੁਰੂ ਕੀਤਾ ਸੀਗਾ, ਅਤੇ ਇਹ ਪਹਿਲਾਂ ਕਦੇ ਮਿਲੇ ਨਹੀਂ ਸੀਗੇ, ਉਹ ਫਸਟ ਇਨਕਾਊਂਟਰ ਸੀ ਉਹਨਾਂ ਦਾ ਰਾਤ ਨੂੰ ਜਦੋਂ ਇਹ ਚੀਜ਼ ਹੋਈ ਹੈ ਜੀ। ਕ੍ਰਿਮੀਨਲ ਕੋਈ ਬੈਕਗ੍ਰਾਉਂਡ ਸਾਹਮਣੇ ਆਇਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ? ਇੱਕ 14 ਨੰਬਰ FIR ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਲੜਾਈ ਝਗੜੇ ਦੇ ਸੰਬੰਧ ਦੇ ਵਿੱਚ ਇੱਕ ਸਾਡੇ ਕੋਲ ਇਸੇ ਸਾਲ ਹੀ ਨਯਾਗਾਓਂ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਦੇ ਖਿਲਾਫ ਦਰਜ ਹੋਈ ਹੈ, ਦੋਨਾਂ ਦੇ ਖਿਲਾਫ ਹੀ। ਠੀਕ ਹੈ, ਅਤੇ ਸਰ ਜਿਹੜਾ ਜੇ ਤੋਂ ਵਾਰ ਕੀਤਾ ਸੀ ਖੰਜਰ, ਉਹ ਰਿਕਵਰ ਕਰ ਲਿਆ ਪੁਲਿਸ ਨੇ? ਉਹ ਜਿਹੜਾ ਹੈਗਾ ਸਾਨੂੰ ਉਹਦਾ ਆਈਡੀਆ ਲੱਗ ਗਿਆ ਜੀ, ਜਿਸ ਤਰ੍ਹਾਂ ਤੋਂ ਪੁੱਛਗਿੱਛ ਕੀਤੀ ਹੈ, ਉਹ ਹੁਣ ਅਸੀਂ ਜਿਹੜਾ ਹੈਗਾ ਇਹਨਾਂ ਦੇ ਨਾਲ ਜਾ ਕੇ ਉਹਦੀ ਰਿਕਵਰੀ ਕਰਨ ਦੀ ਜਿਹੜਾ ਹੈਗਾ ਦੇਖਦੇ ਹਾਂ। ਸਰ, ਪੈਸੇ ਜਾਂ ਫਿਰ ਮੋਬਾਈਲ ਜਿਹੜੇ ਹੈਗੇ ਉਹ ਲੁੱਟ ਖੋਲ ਕਰਕੇ ਗਏ ਸੀਗੇ ਉਸ ਤੋਂ ਬਾਅਦ ਫਿਰ ਇਹ ਚਲੇ ਗਏ? ਆਸ਼ੀਸ਼ ਕੋਲੇ ਕੋਈ ਕੈਸ਼ ਨਹੀਂ ਸੀਗਾ ਜੀ, ਉਹਦੇ ਕੋਲੇ ਮੋਬਾਈਲ ਫੋਨ ਸੀਗਾ, ਬਟ ਜਦੋਂ ਇਹ ਸੀਰੀਅਸ ਵਾਰਦਾਤ ਹੋ ਗਈ, ਕਰਨਾ ਇਹਨਾਂ ਨੇ ਮੋਬਾਈਲ ਹੀ ਸਨੈਚ ਸੀਗਾ, ਬਟ ਉਦੋਂ ਇਹਨਾਂ ਨੇ ਜਿਹੜਾ ਹੈਗਾ ਮੋਬਾਈਲ ਨੂੰ ਫਿਰ ਇਹ ਲੈ ਕੇ ਨਹੀਂ ਗਏ, ਇਸ ਡਰ ਤੋਂ ਕਿ ਕਿਤੇ ਵਾਰਦਾਤ ਵੱਡੀ ਹੋ ਗਈ ਹੈ ਅਤੇ ਜਿਹੜੀ ਹੈਗੀ ਹੈ ਕਿਤੇ ਜਿਹੜਾ ਹੈਗਾ ਅਸੀਂ ਪਕੜੇ ਨਾ ਜਾਈਏ ਤਾਂ ਫੋਨ ਉੱਥੇ ਚੜ ਗਏ। ਠੀਕ ਹੈ, ਤਾਂ ਬਿਲਕੁਲ ਜਿੱਦਾਂ ਸਾਨੂੰ ਜਾਣਕਾਰੀ ਦਿੱਤੀ ਕਿ ਪੂਰਾ ਇੱਕ ਬਲਾਈਂਡ ਮਰਡਰ ਸੀਗਾ, ਬਲਾਈਂਡ ਮਰਡਰ ਤੋਂ ਬਾਅਦ ਜਦ ਪੁਲਿਸ ਨੇ ਇਨਵੈਸਟੀਗੇਸ਼ਨ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕਾਫੀ ਚੀਜ਼ਾਂ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਦੋ ਇਹਦੇ ਵਿੱਚ ਕਾਬੂ ਕੀਤੇ ਨੇ। ਹਾਲਾਂਕਿ ਉਹ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ, ਰਾਤ ਨੂੰ ਜਿਹੜਾ ਲੇਟ ਨਾਈਟ ਇਹ ਘੁੰਮਦੇ ਆ, ਕੋਈ ਵੀ ਸਿੰਗਲ ਪਰਸਨ ਘੁੰਮਦਾ ਮਿਲ ਗਿਆ, ਵਾਕ ਕਰਦਾ ਮਿਲ ਗਿਆ, ਤੇ ਉਹਨੂੰ ਲੁੱਟਖੋ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਪੂਰੇ ਮਾਮਲੇ 'ਚ ਆਸ਼ੀਸ਼ ਦੀ ਅਨਫੋਰਚੁਨੇਟ ਮੌਤ ਹੋ ਚੁੱਕੀ ਹੈ, ਤੇ ਉਸ ਤੋਂ ਬਾਅਦ ਇਹਨਾਂ ਤੋਂ ਕਾਬੂ ਕੀਤਾ ਹੈ, ਤੇ ਹੁਣ ਪੁੱਛਗਿੱਛ ਹੋਰ ਵੀ ਕਈ ਵੱਡੇ ਖੁਲਾਸੇ ਸਾਹਮਣੇ ਆਣਗੇ।
ਮੋਹਾਲੀ ਤੋਂ ਕੈਮਰਾਮੈਨ ਸਰਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।